बिस्मिल्लाह रहमान रहीम, अस्सलाम वालेकुम। आप देख रहे हैं मेरा यूट्यूब चैनल अर्न फ्रॉम बैफलोर। मैं आपका मेज़बान अबू का शाह। अच्छा जी, अज भरावां वास्ते दो जानवर वीडियो लेके हाजिर होए हैं। एक मिनी झोटी है तो एक दूजी झोटी है। दोवें झोटियां दूजियां ने माशाल्लाह तो प्योर रावी के इलाके दी झोटियां ने, नौशहर इलाके दी चंगी झोटियां ने। तो दोवें गबरां ने डिलीवरी वास्ते तैयार ने। दिन काट दियां ने कोई 10 तो 15 दिन काट दियां। दोवें कच्चियां साढ़े तक चंगियां झोटियां ने माशाल्लाह, क्योंकि मुल्लों भी जायज़ ने, कीमतां भी पूरियां सूरियां ने। तो ਚੰਗੀਆਂ ਝੋਟੀਆਂ ਜਿਹੜੀ ਮਨੀ ਮੱਝ ਅਤੇ ਕਰਮਾ ਵਾਲੀ ਬਹੁਤ ਹੀ ਵੱਡੀ ਮੱਝ ਥੱਲੋਂ, ਅਤੇ ਹਲੇ ਤੱਕ ਦਿਨ ਕੱਢ ਦੀ ਕੋਈ 10 ਤੋਂ 15 ਦਿਨ ਕੱਢ ਜਾਏਗੀ। ਗਵਾਲ ਵਾਸਤੇ ਅਗਰ ਬੰਦਾ ਲੈਣਾ ਚਾਹੁੰਦਾ ਨਾ, ਗਵਾਲ ਵਾਸਤੇ ਅਤੇ ਸ਼ੌਕ ਵਾਸਤੇ, ਉਹਨੇ ਦੋਵਾਂ ਵਾਸਤੇ ਚੰਗੀ ਮਾਸ਼ਾਅੱਲਾ ਮਾਝ ਮਿਨੀ ਮਾਝ। ਜਿਹੜੀ ਝੋਟੀ ਆ ਦੂਜਾ ਝੋਟੀ ਹੈ ਮਾਸ਼ਾਅੱਲਾ, ਇਹ ਵੀ ਗੱਭਣ ਹੈ ਅਤੇ ਸੁਥਰੀ ਹੈ, ਮੁੱਲ ਦੇ ਹਿਸਾਬ ਨਾਲ ਬੜੀ ਜਾਇਜ਼ ਹੈਗੀ ਹੈ। ਅਤੇ ਤੁਹਾਨੂੰ ਝੋਟੀਆਂ ਵਿਖਾਉਣੇ ਆ, ਫਿਰ ਇਹਨਾਂ ਦੀ ਕੀਮਤਾਂ ਸ਼ਿਮਤਾਂ ਦੱਸਦੇ ਹਾਂ, ਦੋਵਾਂ ਦੀਆਂ ਕਿੰਨੀਆਂ ਹੈਗੀਆਂ ਨੇ, ਇੱਕ ਇੱਕ ਦਾ ਝੋਟੀ ਦਾ ਮੁੱਲ ਕਰਕੇ ਤੁਹਾਨੂੰ ਦੱਸਦੇ ਹਾਂ ਫਿਰ। ਅਤੇ ਪਹਿਲਾਂ ਜਾਨਵਰ ਵਿਖਾਉਣੇ ਆ ਸਾਰੇ ਨਾਲ ਜੀ। ਮਾਸ਼ਾਅੱਲਾ ਪਹਿਲੇ ਨੰਬਰ 'ਤੇ ਜੀ ਆ ਮਿਨੀ ਝੋਟੀ ਵੇਖ ਲਓ। ਦੂਜਾ ਵਾਰਾ ਸੁਣਾ, ਕਰਮਾ ਵਾਲੀ ਬੜੀ ਸੁਥਰੀ ਅਤੇ ਬੜਾ ਕੱਦ ਅਤੇ ਬੜੀ ਲੰਮੀ ਹੈ। ਚਿੱਟੀਆਂ ਅੱਖਾਂ ਨੇ ਅਤੇ ਕਲਿੱਪ ਨੇ ਮਾਸ਼ਾਅੱਲਾ, ਅਤੇ ਥੋੜ੍ਹੇ ਥੋੜ੍ਹੇ ਵੱਡੇ ਨੇ, ਮਤਲਬ ਕਿੰਨਾ ਡਰਦੀ ਪਈ ਹੈ। ਅਤੇ ਹਿਲਦੇ ਨੇ, ਮਤਲਬ ਦੋਵੇਂ ਜਿਹੜੇ ਸਿੰਘ ਨੇ ਦੋਵੇਂ ਹਿਲਦੇ ਨੇ, ਅਤੇ ਸਿਆਣੇ ਦੀਆਂ ਗੱਲਾਂ ਨੇ। ਮੀਨਾ ਜਾਨਵਰ ਜਿਹੜਾ ਹੁੰਦਾ, ਦਰਿਆ ਪਾਰ ਵੀ ਖੜਾ ਵਿਸੋਦਾ ਕਰ ਲਓ, ਇੱਕ ਰਮਾਲ 'ਚ ਘਾਟਾ ਨਹੀਂ ਹੁੰਦਾ। ਅਤੇ ਬੜੀ ਸੁਥਰੀ ਹੈ ਮੱਝ ਮਾਸ਼ਾਅੱਲਾ, ਕੱਦ ਕੁੱਦ ਚੰਗਾ, ਪੁੱਠਾ ਚੰਗਾ ਹੈਗਾ, ਲੰਮੀ ਚੰਗੀ ਹੈਗੀ ਹੈ। ਅਤੇ ਪੁੱਠਾ ਤਕਰੀਬਨ 2 ਫੁੱਟ ਚੌੜਾ ਪੁੱਠਾ, ਇੱਕੋ ਵੱਡੀ ਦੀ। ਅਤੇ ਥੱਲੋਂ ਵੀ ਮਾਸ਼ਾਅੱਲਾ ਥਨ ਮੁੱਠ ਦਾ, ਚੰਗੀਆਂ ਵੰਡਾਂ ਦੇ, ਪੁਸ਼ਲ ਵੀ ਬਰੀਕ ਪੈਰਾਂ ਤੱਕ ਹੈ। ਅਤੇ ਧੁੰਨੀ ਕੋਣੀ, ਕੋਲੀ ਥੋੜ੍ਹੀ ਜਿਹੀ ਵੱਡੀ ਹੈ ਕੋੜੀ, ਅਤੇ ਲੇਕਿਨ ਧੁੰਨੀ ਕੋਣੀ ਹੈਗੀ। ਛੱਡ ਨਾ ਮਾੜੀ, ਛੱਡਿਆ ਛੱਡ ਛੱਡ ਕੇ ਵਿਖਾ, ਅਤੇ ਤੁਹਾਨੂੰ ਵਿਖਾਉਣੇ ਆ ਖੋਲ੍ਹ ਕੇ, ਅਤੇ ਬੜੀ ਸੁਥਰੀ ਹੈ। ਅਤੇ ਘਰ ਵਿੱਚ ਹੀ ਖੜੀਆਂ ਹੋਈਆਂ ਨੇ ਇੱਥੇ ਇਸ ਟਾਈਮ, ਮਤਲਬ ਕਿ ਇੱਥੇ ਕਿਸੇ ਵਪਾਰੀ ਵਗੈਰਾ ਕੋਲ ਕੋਣੀ। ਛੱਡ ਲੈ ਪਰਾ ਕਿਲੋ ਛੱਡ ਲੈ, ਥਨ ਬੜਾ ਸੁਥਰਾ ਮਾਸ਼ਾਅੱਲਾ, ਮੁੱਠ ਮੋਟਾ ਥਨ ਹੈ, ਚੰਗੀਆਂ ਵੰਡਾ। ਅਤੇ ਹਜੇ ਤੱਕ ਝੋਟੀਆਂ ਪਤਾ ਹੀ ਨਹੀਂ ਹੈਗਾ, ਇੱਕ ਦਿਨ ਕੱਢ ਜਾਏਗੀ ਕੋਈ, 15 ਤੋਂ 20 ਦਿਨ ਕੱਢ ਜਾਏਗੀ, 10 ਤੋਂ 15 ਦਿਨ ਕੱਢ ਜਾਏਗੀ। ਪੁੱਠਾ ਪੱਠਾ ਬੜਾ ਚੌੜਾ ਹੈਗਾ, ਛੱਡ ਦੇ ਕਿਲੋ ਛੱਡ ਦੇ, ਤੋੜ ਲੈ ਅਗੋ ਫਟ ਤੋੜ, ਵੇਖ ਲਓ ਜੀ। ਬੜੀ ਖੁੱਲ੍ਹੀ ਮਾਸ਼ਾਅੱਲਾ, ਗਵਾਲ ਵਾਸਤੇ ਦੁੱਧ ਮਾਝ ਮਾਝ 18-20 ਸਰ ਕਰਨ ਵਾਲੀ ਹੈ। ਇਸ਼ਤੇ ਕਰਤਾ ਦਿਨ ਕੱਢ ਦੀ 10 ਤੋਂ 15 ਦਿਨ ਕੱਚੀ ਹੈਗੀ ਹੈ। ਚੱਲ ਆ ਲੈ ਲੈ ਲੈ, ਚੱਲ ਚੱਲ ਆ, ਚੱਲ ਮੋੜ ਮੋੜ ਲੈ ਜਾ ਲੈ, ਬੰਨ ਦੇ ਬਸ ਲਿਆ ਕੇ, ਤੁਰ ਪੈ ਗਾ, ਰੱਸਾ ਫੜ ਲੈ। ਦੇਖ ਲਓ ਜੀ ਮਾਸ਼ਾਅੱਲਾ, ਕੱਦ ਬੜਾ ਹੈਗਾ, ਲੰਮੀ ਬੜੀ ਹੈਗੀ ਹੈ, ਅਤੇ ਚਿੱਟੀਆਂ ਅੱਖਾਂ ਨੇ। ਚੱਲ ਦਫਾ ਹੋ ਜਾ ਪਰਾ, ਲੈ ਚੱਲ ਲੈ ਚੱਲ, ਬਣ ਦੇ ਉੱਥੇ। ਦੂਜਾ ਵਾਰਾ ਸੁਣਿਆ ਨੇ, ਅਤੇ ਦਿਨ ਤਕਰੀਬਨ ਕੋਈ 10-15 ਦਿਨ ਕੱਢ ਜਾਏਗੀ। ਚੱਲ ਟੋਲ ਲੈ ਟੋਲ ਲੈ ਗਾ ਟੋਲ ਲੈ। ਉਸ ਤੋਂ ਬਾਅਦ ਜੀ ਆਹ ਝੋਟੀ ਹੈ ਮਾਸ਼ਾਅੱਲਾ, ਬੜੀ ਸੁਥਰੀ ਬਰੀਕ ਝੋਟੀ ਹੈ, ਨਿੱਕੀ ਨਿੱਕੀ ਸਿੰਗੀ ਹੈ, ਚਿੱਟੀਆਂ ਅਤੇ ਕਾਲੀਆਂ ਅੱਖਾਂ ਨੇ, ਅਤੇ ਸਿਰ ਬੜਾ ਸੋਹਣਾ ਹੈਗਾ, ਸੁਥਰਾ, ਕੱਟੀਆਂ ਵਰਗਾ ਸਿਹਰੇ ਅਤੇ ਵਜੂਰ ਮੱਝਾਂ ਵਾਲਾ, ਇੱਕੋ ਵੱਡੀ ਹੈ, ਬਰੀਕ ਪੁਸ਼ਲ ਪੈਰਾਂ ਤੱਕ, ਥਨ ਮੁੱਠ ਮੁੱਠ ਦਾ। ਇਹ ਵੀ ਡਿਲੀਵਰੀ ਵਾਸਤੇ ਤਿਆਰ ਹੈ, ਕੋਈ 10 ਦਿਨ ਵੀ ਕੱਢ ਜਾਏਗੀ, ਕੱਚੀ ਹੈ। ਅਤੇ ਇਹ ਵੀ ਤੁਹਾਨੂੰ ਵਿਖਾ ਦਿੰਦੇ ਹਾਂ, ਅਤੇ ਬਕਾਇਆ ਨਾਲ ਮੋਲਸ਼ਲ ਤੋਂ ਦੱਸ ਦਿੰਦੇ ਹਾਂ ਕੀਮਤਾਂ ਇਹਨਾਂ ਨੇ ਜਾਇਜ਼ ਹੀ ਨੇ। ਚਲੋ ਛੱਡ ਅੱਗੋ ਛੱਡ, ਅਤੇ ਧੁੰਨੀ ਕੋੜੀ ਤੋਂ ਬਗੈਰ ਇਹ ਕੋੜੀ ਵੀ ਕੋਣੀ ਹੈਗੀ, ਚਿੱਟੀਆਂ ਅਤੇ ਕਾਲੀਆਂ ਅੱਖਾਂ ਨੇ, ਅਤੇ ਸੁਥਰੀ ਹੈ ਮਾਸ਼ਾਅੱਲਾ, ਨਿੱਕੀ ਜਿਹੀ ਵੱਖੀ ਹੈ, ਅਤੇ ਜਿੰਨੀ ਕੁ ਹੈਗੀ ਸੋਹਣੀ ਹੈ। ਛੱਡ ਲੈ ਛੱਡ ਕੇ ਵਿਖਾ ਥੋੜ੍ਹੀ, ਲੈ ਚੱਲ ਪਰਾਂ ਪਰਾਂ ਲੈ ਚੱਲ ਪਰਾਂ।
ਚੱਲ ਲੈ 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 ਆਹ ਝੋਟੀਆਂ ਨੇ ਦੋਵੇਂ ਤੇ ਜਿਹੜੀ ਕੀਮਤ ਹੈਗੀ ਹੈ ਕੀਮਤ ਤੁਹਾਨੂੰ ਦੱਸ ਦਿੰਦੇ ਹਾਂ ਜਿਹੜੀ ਆਹ ਝੋਟੀ ਹੈਗੀ ਹੈ ਇਹਦੀ ਕੀਮਤ ਹੈਗੀ 360,000 ਰੁਪਇਆ 360,000 ਰੁਪਇਆ ਹੋਰ ਵੀ ਗੁੰਜਾਇਸ਼ ਫੁੱਲ ਪਿਆਰ ਅੰਬਤ ਹੋ ਜਾਏਗਾ 360,000 ਰੁਪਇਆ ਇਹਦੀ ਕੀਮਤ ਇਹ ਦਿਨ ਕੱਢ ਲਈ ਕੋਈ ਕੜੀ ਹੈ ਕਿ ਮਤਲਬ ਕਿ 8-10 ਦਿਨ ਕੱਢ ਦੀ ਤੁਹਾਡੇ ਸਾਹਮਣੇ ਹੀ ਬਰੀਕ ਝੋਟੀ ਹੈ ਤੇ 360,000 ਰੁਪਇਆ ਇਹਦੀ ਕੀਮਤ ਹੈ ਜਿਹੜੀ ਆ ਮਿੰਨੀ ਝੋਟੀ ਹੈ ਮਿੰਨੀ ਜਿਹੜੀ ਝੋਟੀ ਹੈ ਮਾਸ਼ਾਅੱਲਾ ਦੁੱਧ ਵਾਸਤੇ ਚੰਗੀ ਹੈ ਦੁੱਧ ਚੰਗਾ ਕਰੇਗੀ 18-20 ਲੀਟਰ ਦੁੱਧ ਕਰਨ ਵਾਲੀ ਹੈ ਬੜੀ ਵਜੂਰ ਵੀ ਚੰਗਾ ਹੈਗਾ ਕੱਦ ਕਾਠ ਚੰਗਾ ਹੈਗਾ ਜਿਸਮ ਚੰਗਾ ਹੈਗਾ ਖੂਨ ਚੰਗਾ ਹੈਗਾ ਚਿੱਟੀਆਂ ਅੱਖਾਂ ਨੇ ਅਤੇ ਇਹਦੀ ਜਿਹੜੀ ਕੀਮਤ ਹੈਗੀ 4,70,000 ਹੈ ਇਹਦੀ 4,70,000 ਇਹਦੀ 360,000 ਰੁਪਇਆ ਅਗਰ ਕੋਈ ਬਾਈ ਲੈਣਾ ਚਾਹੁੰਦਾ ਹੋਵੇ ਰਾਬਤਾ ਕਰ ਸਕਦਾ ਸਕਰੀਨ ਨੰਬਰ ਮੈਂਸ਼ਨ ਹੈ ਇਨਸ਼ਾਅੱਲਾ ਮਿਲਦੀ ਅਗਲੀ ਵੀਡੀਓ 'ਚ ਆਪਣਾ ਖਿਆਲ ਰੱਖੇਗਾ ਅੱਲਾ ਹਾਫਿਜ਼।